ਸਲਾਮ ਅਲੈਕੁਮ ਕੀ ਹਾਲ ਹੈ ਠੀਕ ਠਾਕ ਅੱਜ ਮੈਂ ਗਿਆ ਸੀ ਯਾਰਾਂ ਦੇ ਨਾਲ ਅਤੇ ਉਹਨਾਂ ਦੇ ਨਾਲ ਵਲੌਗ ਬਣਾਇਆ ਚਲੋ ਜੈਸਾ ਵਲੌਗ ਸਟਾਰਟ ਕਰਦੇ ਹਾਂ ਅਸਲਾਮ ਅਲੈਕੁਮ ਕੀ ਹਾਲ ਹੈ ਠੀਕ ਠਾਕ ਹੋ ਉਮੀਦ ਕਰਨਾ ਠੀਕ ਹੋਵੋਗੇ ਅਤੇ ਅੱਜ ਦਾ ਵਲੌਗ ਇਨਸ਼ਾਅੱਲਾ ਤੁਸੀਂ ਆਖਿਆ ਸੀ ਬਾਹਰ ਦਾ ਬਣਾਉਂਗੇ ਅਤੇ ਅੱਜ ਇਨਸ਼ਾਅੱਲਾ ਵਲੌਗ ਅਸੀਂ ਬਾਹਰ ਦਾ ਬਣਾ ਰਹੇ ਹਾਂ ਠੀਕ ਹੈ ਅਤੇ ਮੇਰੇ ਨਾਲ ਰੂਨ ਭਾਈ ਅਤੇ ਅੱਜ ਅਸੀਂ ਆਏ ਹਾਂ ਬਾਹਰ ਜਗ੍ਹਾ ਚਲੋ ਜੀ ਤੁਹਾਨੂੰ ਵੀ ਸਾਰਾ ਜਿਹੜਾ ਨਾ ਨਜ਼ਾਰੇ ਵਹਾ ਜਿਹੜਾ ਨਾ ਜੋਬ ਵਾਸਤੇ ਅਪਲਾਈ ਕੀਤਾ ਸੀ ਅਤੇ ਪਤਾ ਕਰਨ ਜਾ ਰਹੇ ਹਾਂ ਕਿ ਜੋਬ ਉਹਦੀ ਲੱਗ ਗਈ ਹੈ ਕਿ ਨਹੀਂ ਲੱਗ ਗਈ ਅੱਜ ਸਾਨੂੰ ਪਤਾ ਲੱਗੇਗਾ ਜੇ ਲੱਗ ਗਈ ਤਾਂ ਮੂੰਹ ਮਿੱਠਾ ਕਰਾਓਗੇ ਨਾ ਅੱਜ ਅਸੀਂ ਜਾ ਰਹੇ ਹਾਂ ਅਸੀਂ ਫੈਕਟਰੀ ਠੀਕ ਹੈ ਦਰਸ਼ਨ ਫੈਕਟਰੀ ਵਜ਼ੀਰਾਬਾਦ ਵਿੱਚ ਠੀਕ ਹੈ ਅਤੇ ਅਸੀਂ ਜਾ ਰਹੇ ਹਾਂ ਅਤੇ ਚਲੋ ਜਾ ਕੇ ਤੁਹਾਨੂੰ ਉੱਥੇ ਵਿਖਾਉਂਦੇ ਤੁਹਾਨੂੰ ਵੀ ਭਾਈ ਜਾਨ ਪਤਾ ਹੈਗਾ ਵਜ਼ੀਰਾਬਾਦ ਤੁਸੀਂ ਮੰਦਰ ਵੇਖੇ ਹੋਣਗੇ ਕਿ ਨਹੀਂ ਭਾਈ ਜਾਨ ਇਹਨਾਂ ਨੇ ਵੇਖੇ ਹੋਣਗੇ ਨਾ ਕਿਤੇ ਸਾਡੇ ਯਾਰ ਸਬਸਕ੍ਰਾਈਬਰ ਹੀ ਜ਼ਿਆਦਾ ਵਜ਼ੀਰਾਬਾਦ ਦੇ ਨੇ ਠੀਕ ਹੈ ਅਤੇ ਇਹਨਾਂ ਨੂੰ ਕੀ ਵਜ਼ੀਰਾਬਾਦ ਦਾ ਵਿਖਾਉਣਾ ਹੈ ਠੀਕ ਹੈ ਛੁੱਟੀ ਕਰੋ ਅਸੀਂ ਤੁਹਾਨੂੰ ਨੀ ਭਾਈਜਾਨ ਲੈ ਕੇ ਜਾਣਾ ਅੰਦਰ ਤੁਸੀਂ ਕੱਲ ਆਏ ਹੋ ਕਾਗਜ਼ ਲੈ ਕੇ ਭਾਈ ਸੀ ਲੈਣ ਚੱਲੇ ਹੋ ਤੇ ਅਸੀਂ ਹੁਣ ਚੱਲੇ ਜੇ ਭਾਈਜਾਨ ਕਿਸੇ ਹੋਰ ਜਗ੍ਹਾ ਹੋਰ ਦਾ ਮੰਦਰ ਵੇਖਣ ਠੀਕ ਹੈ ਅਸੀਂ ਕਹਿ ਚਲੋ ਜੀ ਤੁਹਾਨੂੰ ਵੀ ਕੁਛ ਹੋਰ ਵਾ ਦੀਏ ਠੀਕ ਤੁਸਾਂ ਕੀ ਫੈਕਟਰੀ ਵੇਖ ਕੇ ਕਰਨੇ ਤੁਸਾਂ ਕਿਹੜਾ ਇੱਥੇ ਆ ਕੇ ਕੰਮ ਕਰਨਾ ਠੀਕ ਹੈ ਅਤੇ ਬਾਕੀ ਠੀਕ ਹੈ ਜੀ ਅੱਲਾ ਤੁਹਾਨੂੰ ਖੁਸ਼ ਰੱਖੇ ਅਤੇ ਸਾਡੇ ਨਾਲ ਹੀ ਰਹੋ ਅਸੀਂ ਤੁਹਾਨੂੰ ਕੋਈ ਹੋਰ ਵੀ ਜਗ੍ਹਾ ਵਿਖਾਉਂਦੇ ਹਾਂ ਜਗ੍ਹਾ ਤੋਂ ਮਿਲਾ ਰਹੇ ਕਿਸੇ ਹੋਰ ਜਗ੍ਹਾ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ ਸਾਰੇ ਮੰਦਰ ਅਤੇ ਕਿਹੜੀ ਲਾਹੌਰ ਵਾਲੀ ਗਲੀ 'ਚ ਵਾੜ ਲੈ ਰਹੇ ਭਾਅ ਜੀ ਲਾਹੌਰ ਵਾਲੀ ਗਲੀ 'ਚ ਵਾੜ ਲੈ ਰਹੇ ਇੱਥੇ ਹੜਨਾ ਬਹੁਤ ਵੀ ਕੋਈ ਨਹੀਂ ਹੈ ਓ ਸੋਰੀ ਸੋਰੀ ਬਹੁਤ ਇਹਦੇ ਬਾਅਦ ਹੋ ਗਿਆ ਬਾਈ ਜਾਨ ਅਸੀਂ ਹੁਣ ਜਾ ਰਹੇ ਹਾਂ ਜੀ ਇਹਦੇ ਯਾਰ ਘਾਟ ਕੀ ਕਰਨ ਜਾ ਰਹੇ ਉਹਨੂੰ ਨਾ 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 ਉਹ ਨਹੀਂ ਕਰਨਾ ਉਹ ਨਹੀਂ ਕਰਨਾ ਅਸੀਂ ਯਾਰ ਤਾਂ ਯਾਰ ਘਰ ਕਿਹਾ ਚਲੋ ਜੀ ਉਹ ਆਉਂਦਾ ਜੀ ਹਫ਼ਤੇ ਬਾਅਦ ਆਇਆ ਸਾਨੂੰ 2 ਹਫ਼ਤੇ ਬਾਅਦ ਅਸੀਂ ਆਏ ਹਾਂ ਫਿਰ ਵੀ ਸਾਨੂੰ ਕੰਮ ਨਹੀਂ ਲੱਭਾ ਹੁਣ ਭਾਈ ਤਾਂ ਮੂੰਹ ਬਣ ਗਿਆ ਠੀਕ ਹੈ ਅਤੇ ਹੁਣ ਤਬਾਹ ਕਰੋ ਕਿ ਲੜਾਈ ਨਾ ਹੋ ਪਿਓ ਉੱਥੇ ਯਾਰਾਂ ਦੀ ਲੜਾਈ ਤਾਂ ਨਹੀਂ ਨਾ ਹੋਣ ਲੱਗੀ ਨਹੀਂ ਨਹੀਂ ਲੜਾਈ ਨਹੀਂ ਹੁੰਦੀ ਹੈ ਇਨਸ਼ਾਅੱਲਾ ਲੜਾਈ ਨਹੀਂ ਹੋਣ ਲੱਗੀ ਹੈ ਅਸੀਂ ਜਾ ਰਹੇ ਹਾਂ ਯਾਰ ਦੇ ਕੋਲ ਦੇ ਅਤੇ ਉੱਥੇ ਜਾ ਕੇ ਵੇਹਨੇ ਜੀ ਕੀ ਨਜ਼ਾਰੇ ਨੇ ਠੀਕ ਹੈ ਅਤੇ ਚਲੋ ਜੀ ਅਤੇ ਤੁਹਾਨੂੰ ਵੀ ਜਾ ਕੇ ਬਹਾਨੇ ਹਾਂ ਅਤੇ ਕੀ ਬਣਿਆ ਅਤੇ ਕੀ ਨਹੀਂ ਬਣਿਆ ਠੀਕ ਅਸਲਾਮ ਅਲੈਕੁਮ ਕੀ ਹਾਲ ਹੈ ਠੀਕ ਠਾਕ ਹੋ ਮੈਂ ਨਾ ਆ ਗਿਆ ਆਪਣੀ ਯਾਰ ਦੇ ਵੇਖ ਰਹੀ ਅਤੇ ਮੈਂ ਕਿਹਾ ਸੀ ਨਾ ਤੁਹਾਨੂੰ ਕਿ ਮੈਂ ਯਾਰ ਕੋਲ ਚੱਲਾਂ ਵਾਂ ਮਿਲਣ ਚੁਲਾਂ ਅਤੇ ਮੈਂ ਆਪਣੀ ਯਾਰ ਦੀ ਵੇਖ ਰਹੀ ਅਤੇ ਨਾ ਮੈਂ ਕਿਹਾ ਚੱਲੋ ਜੀ ਤੁਹਾਨੂੰ ਯਾਰ ਦੇ ਨਾਲ ਇੰਟਰਵਿਊ ਕਰਾਉਂਦੇ ਹਾਂ ਜਿਹੜਾ ਤੀਸਰਾ ਬੰਦਾ ਨਹੀਂ ਸਾਡੇ ਪਲਾਨ ਦਾ ਅਤੇ ਉਹਦੇ ਨਾਲ ਰਾਬਤਾ ਕਰਾਉਂਦੇ ਅਸਲਾਮ ਅਲੈਕੁਮ ਰਾਣਾ ਸਾਹਿਬ ਹੋਰ ਕੀ ਹਾਲ ਹੈ ਠੀਕ ਠਾਕ ਹੋ ਨਾ ਅਤੇ ਇਹ ਭਾਈ ਜਾਨ ਕਹਿੰਦੇ ਨੇ ਮੈਂ ਠੀਕ ਹਾਂ ਹੋਰ ਭਾਈ ਰੋਣ ਦਾ ਵੇਖ ਲਓ ਰੋਣ ਸਾਹਿਬ ਦੇ ਕੰਮ ਚੈੱਕ ਕਰੋ ਦੱਸਿਆ ਮੈਨੂੰ ਤਾਂ ਜਾ ਕੇ ਬਹਿ ਗਿਆ ਮੈਂ ਬਾਹਰ ਤੇ ਮੋਟਰਸਾਈਕਲ ਨੂੰ ਲਾਗ ਲਾ ਰਿਹਾ ਜਨਾਬ ਅੰਦਰ ਵੜ ਕੇ ਆ ਕੇ ਬਹਿ ਗਿਆ ਅਤੇ ਚਲੋ ਅਸੀਂ ਵੀ ਜਾ ਕੇ ਥੋੜ੍ਹੀ ਦੇਰ ਉਹਨਾਂ ਦੇ ਨਾਲ ਬਈ ਅਤੇ ਪੁੱਛੀਏ ਛੇ ਕਿ ਕੀ ਅੱਜ ਕੱਲ੍ਹ ਘਰ ਬਣਾ ਰਹੇ ਨੇ ਰਹੇ ਰਾਣਾ ਸਾਹਿਬ 2 ਦਿਨ ਹੋ ਗਏ ਨੇ ਨਜ਼ਰ ਨਹੀਂ ਆਇਆ ਸਾਨੂੰ ਅਤੇ ਜਨਾਬ ਦੋਵੇਂ ਫੋਨ ਨਾਲ ਲੱਗੇ ਨੇ ਕੋਈ ਯਾਰ ਵਲਾਗ ਬਣਾ ਰਿਹਾ ਕੋਈ ਵੱਡਾ ਤੁਹਾਡੇ ਕੋਲ ਸਟਾਰ ਹੈ 40-50 ਮਿਲਣ ਲੱਗਿਆ ਭਾਈ ਨਾਲ ਅਤੇ ਅਸੀਂ ਕਿਹਾ ਚਲੋ ਜੀ ਭਾਈ ਨਾਲ ਮਿਲੇ ਸਭ ਠੀਕ ਠਾਕ ਹਨ ਰੋਟੀ ਸ਼ੋਟੀ ਖਾ ਲਈ ਨਹੀਂ ਨਹੀਂ ਖਾਧੇ ਕਿਉਂ ਘਰ ਵਾਲਿਆਂ ਦਿੱਤੇ ਨੀ ਅੱਛਾ ਉਹਨਾਂ ਧੱਕੇ ਮਾਰ ਕੇ ਬਾਹਰ ਕੱਢਿਆ ਕੱਢਿਆ ਕਿਉਂ ਮੈਂ ਅੱਛਾ ਰੋਟੀ ਨੀ ਦੇਣੀ ਆਉਂਦੇ ਨੇ ਛਾਪਰ ਇਕੱਠੇ ਕਰੋ ਤੇ ਰੋਟੀ ਖਾਓ ਆਹੀ ਗੱਲ ਹੈ ਅੱਛਾ ਜੀ ਹਾਂਜੀ ਗੱਲ ਹੁੰਦਾ ਤੁਹਾਡੇ ਨਾਲ ਕੀ ਹੋਇਆ ਮਤ ਪੁੱਛੋ ਦਿਲ ਕਾ ਹਾਲ ਆਉਂਦੇ ਨੇ ਮਤ ਪੁੱਛੋ ਦਿਲ ਕਾ ਹਾਲ ਕਿਉਂ ਐਸੀ ਕਿਹੜੀ ਗੱਲ ਬਣ ਗਈ ਅੱਛਾ ਜੀ ਭਾਈ ਕਹਿੰਦੇ ਨੇ ਮੈਨੂੰ ਮੈਨੂੰ ਰੋਟੀ ਲੱਭੇ ਅੱਛਾ ਦਿਲ ਲੱਗਾ ਦਿੱਲੀ ਵਿਚਾਰਾ ਜਿੱਡਾ ਕੋਈ ਆ ਰਿਹਾ ਦਿਲ ਲੱਗਾ ਦਿੱਲੀ ਸਾਰੇ ਠੀਕ ਹੋ ਗਏ ਥੋੜੇ ਜਿਹਾ ਥੋੜੇ ਜਿਹਾ ਆਇਆ ਨਾ ਕਿਹੜਾ ਕੁਝ ਜ਼ਿਆਦਾ ਹੈ ਕਿ ਨਹੀਂ ਰੂਨ ਸਾਹਿਬ
अच्छा जी रोना लगे ना गल करन थोड़ा नेड़े हो जी ठीक है दिल टूटया गरीब दा अच्छा दिल बड़ा नरम है भाई जान दसो दिल के टूटया तो दिल नरम बड़ा है अच्छा नरम है ठीक है अच्छा भाई जान तुसी मैं सुनावा नो कि शेर जट साहब सुनांदे ने शबाज जट साहब ਤੁਹਾਡੇ ਵਾਲੇ ਕੋਈ ਸ਼ੇਅਰ ਇੱਕ ਹੋ ਗਿਆ ਉਹਨਾਂ ਨਾ ਇੰਨਾ ਕਰੋ ਵਲਾਗ 'ਚ ਵਾਇਲੇਸ਼ਨ ਆ ਰਹੇਗੀ ਵਾਇਰਸ ਆ ਰਹੇ ਵਾਇਰਸ ਆ ਰਹੇ ਚਲੋ ਭਾਈ ਜੀ ਕੋਈ ਗੱਲ ਦੱਸੋ ਨਾ ਕੋਈ ਸ਼ੇਅਰ ਸੁਣਾਓ ਕੀ ਤੁਹਾਡਾ ਨਾ ਹੋਇਆ ਕਿ ਕੀ ਦੱਸਾਂ ਮੈਂ ਕੀ ਹੋਇਆ ਕੀ ਹੋਇਆ ਕੁਛ ਵੀ ਨਹੀਂ ਕੁਛ ਵੀ ਨਹੀਂ ਨਾ ਕੁਛ ਹੈ ਕੀ ਸ਼ੇਅਰ ਨਹੀਂ ਨਹੀਂ ਯਾਰ ਹਮਕੋ ਆਪਣੋ ਨੇ ਲੂਟਾ ਆਪਣੋ ਮੈਂ ਕਹਾਂ ਦਮ ਥਾ हमारा कश्ती वहां डूबी जहां अपनों में कम था। अच्छा जी भाई जान ने शेयर सुनाया बड़ा वधिया तो भी पसंद आएगा इंशाल्लाह तो लाइक सब्सक्राइब शेयर लाजमी करना क्योंकि शेयर बड़ा कमाल है ना तो समय लगे है तो लगे कमेंट दसा कि शेर बड़ा कमाल है ठीक है कमेंट पता नहीं करना अच्छा और आ वेला राणा साहब को अस आए हैं बैठे हैं तो जनाब फोन ना लगे भाई बोतल पीनी तो बाहर जाके ले सकते हो पैसे दे सकते हो सरेआम पता की बनाया जाता तुहानू भी पता पर असीं हुण दस नहीं सकदे ना लोकां नूं लोकां नूं ज्यादा पता होना साडे नाल अच्छा उल्लू ते कुछ होर भी बनाया जाता छड्डो सौ नंबर ओही ओही लग जाएगी ओही 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 उहनां नूं समझ लग जाएगी ओही ओही जो तुसीं सोचदे हो ठीक है जो सोचिया ना ओही होगा ठीक है ओही होएगा ते ठीक है जदा ठीक है जी अज्ज तां लग इत्थे रहिए बस शेयर भी कर दे कर खुश हो जाएंगे किसी चैनल शेयर भी किया ठीक है कोई लाइक भी कर दे शेयर भी कर दे साडे वास्ते खुशी की गल है खुशी की गल है क्योंकि असि नवे नवे लोग हाँ जिन्नी वधिया वीडियो से बनाएंगे ना कोशिश करेंगे इंशाल्लाह बेहतर तो बेहतर बनाएंगे ताँ के बंदे खुश इंशाल्लाह इंशाल्लाह से ते अगर तुम लाइक सब्सक्राइब ज्यादा करोगे ना साढ़े को आईफोन आ जाते हो तो अभी कोई वीडियो शीडियो चंगी बना लेंगे ना अभी भाजी फाहत मेकन बन सकने तुम जो लाइक शेयर वधिया करोगे ना अभी खुश होवे इंशाल्लाह सानू भी सपोर्ट करो असी भी कुछ बनाइए ब्लॉग शलॉग तो सानू भी इंटरटेन करिए ठीक है तो अज का ब्लॉग इतने खत्म होता है ठीक है अल्लाह हाफिज़।